ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਹੁਣੀ ਉੱਠ ਕੇ ਆ ਤੇ ਨਹਾਇਆ ਕਰ ਲਿਆ ਵੀਰੇ ਨੇ ਹੁਣ ਪੀਣ ਲੱਗੇ ਆ ਦੁੱਧ ਤੇ ਅੱਜ ਦੇ ਵੀਡੀਓ ਜ ਆਪਾਂ ਤੁਹਾਨੂੰ ਇਹੋ ਦੱਸਾਂਗੇ ਕਿ ਜਿਹੜੀ ਬੱਚਿਆਂ ਦੀ ਡਾਈਟ ਆ ਨਾ ਆਪਾਂ ਨਹੀਂ ਉਹਨੇ ਪ੍ਰੋਪਰ ਇਦਾਂ ਹੀ ਲਓ ਜਿੱਦਾਂ ਵੀ ਹੋ ਸਕੇ ਪਰ ਵਧੀਆ ਹੋਣੀ ਚਾਹੀਦੀ ਆ ਉਹ ਕਿ ਹੁਣ ਮੈਂ ਤੁਹਾਨੂੰ ਆਪਣੀ ਦੱਸਦਾ ਹਾਂ ਕਿ ਜਦੋਂ ਦੇਖੋ ਇੱਕ ਸਵੇਰ ਦਾ ਖਾਣਾ ਤੇ ਇੱਕ ਰਾਤ ਸੌਣ ਲੱਗੇ ਰਾਤ ਨੂੰ ਲਗੇ ਦਾ ਮਤਲਬ ਦੁੱਧ ਪੀ ਕੇ ਸੋਣਾ ਨਾ ਉਹ ਵੀ ਬੈਟਰ ਹੁੰਦਾ ਵਾ ਕਿਉਂਕਿ ਬਾਜੋ ਬੰਦੇ ਨੇ 8 ਘੰਟੇ 8-9 ਘੰਟੇ ਨੀਂਦ ਨਾਲ ਨਹੀਂ ਖਾਲ ਕੇ ਬੱਚਿਆਂ ਨੇ ਬੱਚੇ ਦੋਨੋਂ 10 ਘੰਟੇ ਸੌਂਦੇ ਆ ਤੇ ਰਾਤ ਨੂੰ ਮਿਲਕ ਪੀ ਕੇ ਸੋਣਾ ਤੇ ਇਹ ਵਾਲੇ ਉੱਠ ਕੇ ਜਰੂਰ ਉੱਠਣਾ ਵਾ ਪਾਣੀ ਪੀਣ ਪਹਿਲਾਂ ਫਿਰ ਨਹਾਉਣ ਧੋਣ ਤੇ ਉਤੋਂ ਜਿਹੜਾ ਇਹਨਾਂ ਨੇ ਫਿਰ ਬ੍ਰੇਕਫਾਸਟ ਕਰਨਾ ਵਾ ਉਹ ਪਹਿਲਾਂ ਆਪਾਂ ਵੇਖੋ ਆਪਾਂ ਦੁੱਧ ਮੋਲੀ ਲਈਦਾ ਵਾ ਪਰ ਫਿਰ ਵੀ ਇਹਨਾਂ ਨੇ ਦੁੱਧ ਪੀਣਾ ਦਾ ਜੋ ਵੀਰੇ ਬ੍ਰੇਕਫਾਸਟ ਇਹਨਾਂ ਦਾ ਜਿਦਾਂ ਸਮਝੋਗੇ 200 ਗ੍ਰਾਮ ਜਾਂ ਪਾਇਆ ਦੁੱਧ ਹੋ ਗਿਆ ਇਹਨਾਂ ਦਾ ਇਹ ਕਿਹਨ ਦਾ ਤੇ ਨਾਲ ਇਹਨਾਂ ਨੇ ਕੀ ਕਰਨਾ ਦਾ ਵਾ ਪੀਨਟ ਬਟਰ ਲੈਣਾ ਵਾ ਚਾਕਲੇਟ ਵਾਲਾ ਹਾਂਜੀ ਚੌੜੜਾ ਨਾ ਵਿੱਚ ਵਿੱਚ ਕੀ ਯਾਰ ਦੂਜਾ ਪਾ ਲੈਂਦੇ ਆ ਪਿੰਟੋਲਾ ਦਾ ਤੇ ਜਰੂਰ ਉਹਦਾ ਪੀਨਟ ਬਟਰ ਆ ਹੁਣ ਤੇ ਕਾਫੀ ਕਾਮਨ ਹੋ ਗਿਆ ਵਾ ਤੇ ਇਹ ਵੀ ਆਪਣੇ ਬੱਚਿਆਂ ਨੂੰ ਦਿਆ ਕਰੋ ਜਿਆਦਾ ਨਹੀਂ ਕਿ ਸਭਨ ਚਾਰ-ਚਾਰ ਪੰਜ-ਪੰਜ ਮੁਝੇ ਪੀਨ ਖਾਣੋ ਉਹ ਸਿਰਫ ਦੋ ਜਾਂ ਤਿੰਨ ਚਮਚੇ ਇੱਕ ਟਾਈਮ ਜਦਾਂ ਮੈਨੂੰ ਹੁਣ ਸਵੇਰੇ ਖਾਣਾ ਬਾਅਦ ਭਾਵੇਂ ਜਿਹੜੇ ਨਾਲ ਹੀ ਖਾਣਾ ਇਹੇ ਵੇਲੇ ਦੋ ਜਾਂ ਤਿੰਨ ਚ ਮੇਰੇ ਬ੍ਰੈਡ ਨੂੰ ਲਾ ਕੇ ਖਾਣ ਦੁੱਧ ਦੇ ਨਾਲ ਤੇ ਪੂਰਾ ਵਧੀਆ ਬ੍ਰੇਕਫਾਸਟ ਹੁੰਦਾ ਵਾ ਹੈਵੀ ਬ੍ਰੇਕਫਾਸਟ ਇਹਨਾਂ ਦਾ ਜੜੀ ਕੇ ਬੱਚਿਆਂ ਨੂੰ ਲੋੜ ਹੈ ਬਹੁਤ ਜ਼ਿਆਦੀ ਗਰੋਥ ਫਾਸੇ ਬੱਚਿਆਂ ਦੀ ਬਾਕੀ ਅਵੋਇਡ ਕਰੋ ਜਿੰਨਾ ਹੁੰਦਾ ਵਾ ਬੱਚਿਆਂ ਨੂੰ ਜੰਕ ਫੂਡ ਦੇਣਾ ਦੋ ਚਲੋ ਆਪ ਹੀ ਆਏ ਨਹੀਂ ਕਿ ਆਪਾਂ ਨਹੀਂ ਖਾਂਦੇ ਹੁਣ ਮੰਨ ਲਓ ਕਿ ਆਈਸਕ੍ਰੀਮ ਆ ਹੁਣ ਸਾਡੀ ਜਿਆਦਾ ਤੇ ਪਈ ਆ ਨੂੰ ਕਿ ਤਿੰਨਾਂ ਚੌਹਾਂ ਦਿਨਾਂ ਬਾਅਦ ਹੋਇਆ ਇੱਕ ਵਾਰੀ ਖਾਈ ਦੀ ਆ ਉਹ ਜਦੋਂ ਘਰ ਦਾ ਮੋਢੀ ਕਹਿੰਦੇ ਹੁੰਦਾ ਵਾ ਹੁਣ ਮੈਂ ਵੀ ਖਾਂਦਾ ਵਾਂ ਮੈਨੂੰ ਆਤ ਪਈ ਬਹੁਤ ਜਲਦੀ ਨਾਲ ਇਹਨਾਂ ਦੇ ਤੇ ਤਿਹੇ ਚੌਥੇ ਦਿਨ ਆਪਾਂ ਜਾ ਕੇ ਉਹ ਖਾਣੀ ਦੀ ਆ ਤੇ ਜੇ 버ਗਰ ਜਾਂ ਪੀਜ਼ਾ ਲਾ ਲੂ ਇਹ ਚੀਜ਼ ਆਪਾਂ ਬੜੀਆਂ ਘੱਟ ਕਰਦੇ ਜਾਂ ਮਹੀਨੇ ਦੋ ਮਹੀਨੇ ਬਾਅਦ ਇੱਕ ਵਾਰ ਬਸ ਕਈਆਂ ਨੇ ਇਹਨਾਂ ਨੂੰ ਆਪਣੀ ਡਾਈਟ ਬਣਾ ਛੱਡਿਆ ਵਾ ਜਿਦਾ 버ਗਰ ਰੋਜ਼ ਖਾਣਾ ਜਾਣਾ ਜਾਂ ਪੀਜ਼ਾ ਵਗੈਰਾ ਜਾਂ ਬਾਹਰ ਰੋਟੀ ਖਾਣੀ ਸੀ ਜਿਆਦਾ ਹੀ ਕਰਦਾ ਮਨ ਕਰਦੇ ਤੇ ਮਹੀਨਾ ਦੋ ਮਹੀਨਾ ਬਾਅਦੋਂ ਤੇ ਬਾਕੀ ਆ ਡਾਈਟ ਆ ਤੁਹਾਨੂੰ ਮੈਂ ਜਦੋਂ ਹੁਣ ਸਵੇਰੇ ਮੰਨ ਲਓ ਬ੍ਰੇਕਫਾਸਟ ਇਹਨਾਂ ਦਾ ਇਹਨਾਂ ਨੂੰ ਹੁਣ ਬਾਜੀ ਨੂੰ ਤੇਨੂੰ ਵੀਰੇ ਨੂੰ ਕਰਕਰਿਆਂ ਚਿਪਸ ਖਾਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਉਹ ਮੇਰੇ ਸ ਨਾਲ ਕਮ ਸੇ ਕਮ ਦੋ ਚਾਰ ਚਾਰ ਪੰਜ ਮਹੀਨੇ ਹੋ ਗਏ ਨੇ ਬਾਜੀ ਬਾਜੀ ਤੁਸੀਂ ਇਧਰ ਆਓ ਮੜਾ ਜਾ ਉਹ ਫੜ ਕੇ ਲੈ ਆਉਦੇ ਜੀ ਉਹ ਛੋਲੇ ਜੀ ਵੀ ਆ ਤੁਹਾਨੂੰ ਬਾਜੀ ਨਾਲ ਮਿਲੋਣੇ ਆ ਇਹਦੇ ਲੱਗਿਆ ਦੇਖੋ ਜੇ ਜਦੋਂ ਮੰਨ ਲਓ ਕਿ ਇਹਨਾਂ ਨੂੰ ਹੁਣ ਆਪਾਂ ਇਹੋ ਆਦਤ ਪਾਈ ਜਾ ਕਿ ਜੇ ਕੁੁਰਕਰੇ ਚਿਪਸ ਨਹੀਂ ਜੇ ਦੇਣੇ ਮਾੜੀ ਮੋਟੀ ਕਦੇ ਭੁੱਖ ਲੱਦੀ ਜਾਂ ਜਦੋਂ ਇਹਨਾਂ ਨੇ ਰੋਟੀ ਖਾ ਲਈ ਮੰਨ ਲਓ ਸਾਢੇ ਘਾਟੇ ਦੁੱਧ ਪੀ ਲਿਆ ਫਿਰ 10 ਵਜੇ ਰੋਟੀ ਖਾ ਲਈ ਫਿਰ ਦੁਪਹਿਰੇ ਭੁੱਖ ਲੱਗੇ ਕਿਤੇ 1 ਵਜੇ ਫਿਰ ਆਪਾਂ ਇਹਨਾਂ ਨੂੰ ਕੀ ਕੀਤਾ ਇਹ ਮੈਂ ਵੀ ਚਲੋ ਖਾਣਾ ਜਦਾਂ ਜਦਾਂ ਛੋਲੇ ਹੋਏ ਮੋਹਿੰਨੀ ਗਰੀਆਂ ਵਿੱਚ ਮਿਕਸ ਕਰਕੇ ਰੱਖਿਆ ਵਾ ਸੌਗੀ ਵਗੈਰਾ ਇਹ ਖਾ ਲੈਂਦੇ ਆ ਸਨੈਕਸ ਦੀ ਜਗ੍ਹਾ ਤੇ ਨਾ ਕਿ ਉਹ ਕੁੁਰਕਰੇ ਚਿਪਸ ਬਾਕੀ ਹਾਂਜੀ ਮੌਸਮੀ ਫਲ ਜਿੱਦਾਂ ਬਨਾਣਾ ਤੇ ਸਮਝ ਲੋਗੇ 12 ਮਹੀਨੇ ਚੱਲਦਾ ਨਾ ਉਹ ਹੋਇਆ ਉਹ ਦੇ ਤਾ ਨਾ ਤੁਹਾਨੂੰ ਜਾਂ ਫਿਰ ਦੁੱਧ ਚ ਵਾ ਕੇ ਦੇ ਤਾ ਤੇ ਹੁਣ ਜਿੱਦਾਂ ਗਰਮੀਆਂ ਆਵਾਂ ਗਰਮੀਆਂ 'ਚ ਅਮਰੂਦ ਵਗੈਰਾ ਬਹੁਤ ਬਿਛੇ ਲੱਗਦੇ ਆ ਅਮਰੂਦ ਜੇ ਸੇਬ ਹੁੰਦੇ ਹੁੰਣ ਤੇ ਸੇਬ ਦੇਦੇ ਪਪੀਤਾ ਤੇ ਜਿਆਦਾ ਤੇ ਬਨਾਣਾ ਹੀ ਚੱਲਦਾ ਉਹ ਦੇ ਤਾ ਤੇ ਇਹ ਅਮਰੂਦ ਵਗੈਰਾ ਨਾਲੇ ਸਾਰਿਆਂ ਨੂੰ ਨਾ ਕਹੀਦੇ ਸੇ ਨਹੀਂ ਖਵਾਦੇ ਮਲੋਗੇ ਮਹਿੰਗੇ ਹੁੰਦੇ ਕਾਫੀ ਤੇੜਾ ਮੌਸਮੀ ਫਾਲੇ ਭਾਵੇਂ ਸਸਤਾ ਵਾ ਕੋਈ ਗੱਲ ਨਹੀਂ ਪਰ ਹੁੰਦਾ ਇੱਕ ਨੰਬਰ ਇਹ ਆ ਉਹ ਖਵਾਇਆ ਕਰੋ ਜ਼ਰੂਰ ਇਹਨਾਂ ਨੂੰ ਦਿਹਾੜੀ ਦੇ ਭਾਵੇਂ ਇੱਕ ਬਨਾਣਾ ਜਾਂ ਦੋ ਦੇ ਤੇ ਜਾਂ ਮਿਲਕ ਸ਼ੇਕ ਉਹ ਬਨਾਣਾ ਸ਼ੇਕ ਬਣਾ ਕੇ ਦੇਤਾ ਹੁਣ ਜਿਦਾ ਹਾਰੇ ਕੋਈ ਵੇਲੇ ਕਹਿੰਦਾ ਕਿ ਆਪਣੇ ਬੱਚੇ ਮੋਬਾਈਲ ਨਹੀਂ ਛੱਡਦੇ ਮੋਬਾਈਲ ਤੇ ਵੀ ਬੜੇ ਪੰਗੇ ਲੈਂਦੇ ਆ ਦਿਹਾੜੀ ਜਾਂਦਾ ਵੀ ਇੱਕ ਦੋ ਘੰਟੇ ਖੇਡਦਾ ਹੁੰਦਾ ਵਾ ਕਿਉਂ ਭਾਜੀ ਹਾਂਜੀ ਪਰ ਇਹ ਆ ਕੇ ਅੱਗੇ ਜ਼ਿਆਦਾ ਹੁੰਦੇ ਸੀ ਥੋੜਾ ਜਿਹਾ ਜਿਦਾ ਹੁਣ ਆਪਾਂ ਅਵੇਅਰ ਹੋਏ ਆ ਤੇ ਆਪਾਂ ਥੋੜਾ ਜੰਨਾਂ ਨੂੰ ਵੀ ਕਿ ਰੀਦਾ ਵਾ ਕਿ ਬਾਹਰ ਜਾ ਕੇ ਖੇਡ ਲੋ ਫੁੱਟਬਾਲ ਵਗੈਰਾ ਜਾਂ ਕ੍ਰਿਕਟ ਬੈਡਬਾਲ ਤੁਹਾਨੂੰ ਪਤਾ ਹੈ ਸੁਪਰਸਟਾਰ ਹੈ ਬਾਕੀ ਇਹਦੇ ਸਾਰੀਆਂ ਗੇਮਾਂ ਦੇ ਬਾਜੀ ਤੇ ਵੀਰਾ ਕਿਉਂ ਵੀਰੇ ਹਾਂਜੀ ਤੇ ਉਹ ਐਕਟੀਵਿਟੀ ਜਰੂਰ ਕਰਿਆ ਕਰਨਾ ਕੋਈ ਨਾ ਕੋਈ ਤੋ ਵੀਰੇ ਕੀ ਕੰਡੇ ਜੋ ਵੀਰਾ ਤੇ ਭਾਜੀ ਦੋਵੇਂ ਲੈਪਟਾਪ ਤੇ ਲੱਗੇ ਆ ਪੜਾਈਆਂ ਕਰ ਕਿਆ ਬਾਤ ਆ ਇੱਕ ਨੇ ਪੂਨ ਫੜਿਆ ਇੱਕ ਲੈਪਟਾਪ ਤੇ ਜੈ ਪੜਾਈਆਂ ਕਰ ਲਾ ਵਧੀਆ ਵਧੀਆ ਜੀ ਤਗੜੇ ਹੋ ਜਾ ਕਿੰਨਾ ਜਮਾਨਾ ਚੇਂਜ ਹੁੰਦਾ ਜਾਂਦਾ ਜੀ ਵੇਖੋ ਮਹਾਨ ਕ੍ਰਿਕਟਰ ਬਣੇ ਦੋਵੇਂ ਮਹਾਨ ਕ੍ਰਿਕਟਰ ਕੈਚਿੰਗ ਦੀ ਪ੍ਰੈਕਟਿਸ ਹੋ ਰਹੀ ਆ ਵੀਰਾ ਤੇ ਭਾਜੀ ਇਹ ਕਦੀ ਕਬੱਡੀ ਦੇ ਸੁਪਰਸਟਾਰ ਬਣ ਜਾਂਦੇ ਆ ਕਦੀ ਇਹ ਕ੍ਰਿਕਟਰ ਬਣ ਜਾਂਦੇ ਆ ਕਿਉਂ ਵੀ ਰਿਆ ਉੱਤ ਵੈਰੀ ਗੁੱਡ ਕਰ ਲੈ ਗਿਆ ਜੀ ਵੀਰਿਆ ਕੀ ਚੱਕਰ 10 ਪਹਿਲਾਂ ਮੈਨੂੰ ਹੋ ਗਿਆ ਤੁਸੀਂ ਕਦੀ ਕਹਿੰਦੇ ਸੀ ਕਬੱਡੀ ਦੇ ਸੁਪਰਸਟਾਰ ਆ ਹੈ ਕਦੀ ਤੁਸੀਂ ਕਹਿੰਦੇ ਸੀ ਮਹਾਨ ਕ੍ਰਿਕਟਰ ਆ ਤੇ ਕੀ ਚੱਕਰ ਕੀ ਤੁਹਾਡਾ ਤੁਸੀਂ ਹੈ ਕੀ ਜੋ ਅਸੀਂ ਸੁਪਰਸਟਾਰ ਹਾਂ ਇਤਈ ਸਾਰੀਆਂ ਗੇਮਾਂ ਖੇਡਦੇ ਆ ਕਦੀ ਫੁੱਟਬਾਲ ਕਰਦੀ ਕਬੱਡੀ ਕਦੀ ਬੈਡਬਾਲ ਕਰੀ ਤੁਸੀਂ ਸਾਰੀ ਕੀਮਤ ਦੇ ਸੁਪਰਸਟਾਰ ਜੋ ਹਾਂ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਠੀਕ ਹੈ ਕਿਉਂ ਵੱਡੇ ਭਾਜੀ ਹਾਂਜੀ ਸੁਪਰਸਟਾਰ ਆ ਗਿਆ ਇਹੋ 컬러 ਸੁਪਰਸਟਾਰ ਇਹ ਮੇਰਾ ਹੀ ਅਹੀਂ ਤੋਂ ਆ ਅੱਛਾ ਹਾਂਜੀ ক্রিকেট ਦੇ ਤੇ ਕਬੱਡੀ ਦੇ ਵੀ ਹਾਂ ਸਾਰੀ ਗੇਮਾਂ ਦੇ ਸਾਰੀ ਗੇਮਾਂ ਦੇ ਵੰਡਰਫੁਲ ਜੀ ਬਿਊਟੀਫੁਲ